ਅੱਜ ਹੁਸ਼ਿਆਰਪੁਰ ਟਾਂਡਾ ਰੋਡ 'ਤੇ ਸਥਿਤ ਬਿਜਲੀ ਘਰ 'ਚ ਠੇਕਾ ਮੁਲਾਜ਼ਮਾਂ ਵੱਲੋਂ ਤਨਖਾਹਾਂ ਨਾ ਮਿਲਣ ਕਰਕੇ ਬਿਜਲੀ ਮੈਨੇਜਮੈਂਟ ਅਤੇ ਕੰਪਨੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੰਮੇ ਹੱਥੀ ਲਿਆ। ਸਰਕਾਰ 'ਤੇ ਵਰਦਿਆਂ ਬਿਜਲੀ ਮੁਲਾਜ਼ਮਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਵੱਡੀਆਂ ਵੱਡੀਆਂ ਦੁਹਾਈਆਂ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਹੁਣ ਫੂਕ ਨਿਕਲ ਚੁੱਕੀ ਹੈ ਅਤੇ ਅੱਜ ਵੀ ਠੇਕਾ ਮੁਲਾਜ਼ਮਾਂ ਦੇ ਨਾਲ ਪਹਿਲਾਂ ਵਰਗਾ ਹੀ ਵਤੀਰਾ ਹੋ ਰਿਹਾ। ਉਹਨਾਂ ਕਿਹਾ ਕਿ ਮੈਨੇਜਮੈਂਟ ਵੱਲੋਂ ਠੇਕਾ ਮੁਲਾਜ਼ਮਾਂ ਦੀਆਂ ਅਜੇ ਤੱਕ ਤਨਖਾਹਾਂ ਜਾਰੀ ਨਹੀਂ ਕੀਤੀਆਂ ਗਈਆਂ ਨੇ, ਜਦਕਿ ਸਾਡੇ ਮੁਲਾਜ਼ਮ ਦਿਨ ਰਾਤ ਆਮ ਲੋਕਾਂ ਦੀ ਸੇਵਾ 'ਚ ਆਪਣੀ ਜਾਨ ਨੂੰ ਜ਼ੋਖਮ 'ਚ ਪਾ ਕੇ ਲੱਗੇ ਰਹਿੰਦੇ ਨੇ। ਇਸ ਮੌਕੇ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੀਆਂ ਤਨਖਾਹਾਂ ਜਲਦ ਜਾਰੀ ਕੀਤੀਆਂ ਜਾਣ ਤਾਂ ਜੋ ਅਸੀਂ ਵੀ ਆਪਣੇ ਘਰਾਂ ਦਾ ਗੁਜ਼ਾਰਾ ਵਧੀਆ ਢੰਗ ਨਾਲ ਕਰ ਸਕੀਏ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਮੈਂ ਜੀ ਇੰਦਰਪ੍ਰੀਤ ਸਿੰਘ, ਪਾਵਰਕੌਮ ਐਂਡ ਟਰਾਂਸਪੋਰਟ ਠੇਕਾ ਮੁਲਾਜ਼ਮ ਯੂਨੀਅਨ ਬਿਜਲੀ ਬੋਰਡ ਤੋਂ। ਅੱਜ ਦਾ ਜਿਹੜਾ ਇਹ ਅਸੀਂ ਮਤਲਬ ਸਰਕਲ ਆਫਿਸ ਕੰਮ ਬੰਦ ਕਰਕੇ ਬੈਠੇ ਹਾਂ, ਇਹ ਇਸ ਰੋਸ 'ਚ ਬੈਠੇ ਹਾਂ ਕਿਉਂਕਿ ਕੰਪਨੀ ਵੱਲੋਂ ਸਾਨੂੰ ਜਿਹੜੀਆਂ ਭਗਵੰਤ ਮਾਨ ਸਰਕਾਰ ਜਿਹੜੀਆਂ ਕੰਪਨੀਆਂ ਲੈ ਕੇ ਆਇਆ ਬਿਜਲੀ ਬੋਰਡ ਦੇ ਵਿੱਚ, ਉਹਨਾਂ ਵੱਲੋਂ ਤਨਖਾਹਾਂ ਜਿਹੜੀਆਂ ਨਹੀਂ ਜਾਰੀ ਕੀਤੀਆਂ ਗਈਆਂ। ਹੁਸ਼ਿਆਰਪੁਰ ਦੇ ਅੱਧੇ ਬੰਦਿਆਂ ਦੀਆਂ ਜਿਹੜੀਆਂ ਸੈਲਰੀਆਂ ਆ ਉਹ ਪਾ ਦਿੱਤੀਆਂ ਗਈਆਂ ਅਤੇ ਅੰਧਿਆਂ ਨੂੰ ਇੱਦਾਂ ਹੀ ਟਾਲਮ ਟੋਲਾ ਕਰਕੇ ਦਿਨ ਟਪਾਏ ਜਾ ਰਹੇ ਆ। ਅਤੇ ਅੱਜ ਵਰਕਰਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਕਿਉਂਕਿ ਜਿਹੜਾ ਇੱਥੇ ਦਾ ਉਪ ਮੁੱਖ ਇੰਜੀਨੀਅਰ ਆ ਉਹੀ ਪਰਸੋਂ ਸਾਡਾ ਧਰਨਾ ਪਰਸੋਂ ਵੀ ਸੀਗਾ, ਇਹਨਾਂ ਨੇ ਮੁਲਤਵੀ ਕਰਵਾਇਆ ਸੀ ਕਿ ਸੈਲਰੀ ਤੁਹਾਡੀ ਅਗਲੇ ਦਿਨ ਆਊਗੀ, ਅਗਲੇ ਦਿਨ ਤੁਹਾਡੇ ਖਾਤਿਆਂ ਵਿੱਚ ਹੋਊਗੀ। ਲੇਕਿਨ ਜਿਹੜੀ ਉਹ ਦਿਨ ਗੱਲਬਾਤ ਹੋਈ ਸੀਗੀ ਉਸ ਗੱਲਬਾਤ ਤੋਂ ਵੀ ਭੱਜੇ ਆ, ਅਤੇ ਇਹਨਾਂ ਦਾ ਮੈਨੇਜਮੈਂਟ ਦਾ ਵੀ ਅਤੇ ਖਾਸ ਕਰ ਕੰਪਨੀਆਂ ਦਾ ਵੀ, ਜਿਹੜੀ ਭਗਵੰਤ ਮਾਨ ਸਰਕਾਰ ਗੱਲਾਂ ਕਰਦੀ ਆ ਜਾਂ ਭਗਵੰਤ ਮਾਨ ਗੱਲਾਂ ਕਰਦਾ ਕਿ ਕੰਪਨੀਆਂ ਲਿਆ ਕੇ ਅਸੀਂ ਲੋਕਾਂ ਨੂੰ ਵਧੀਆ ਰੁਜ਼ਗਾਰ ਦੇਵਾਂਗੇ, ਇਹ ਕੰਪਨੀਆਂ ਆਮ ਲੋਕਾਂ ਦੀ ਸਭ ਤੋਂ ਵੱਧ ਲੁੱਟ ਕਰ ਰਹੀਆਂ ਨੇ। ਕਿਸ ਤਰ੍ਹਾਂ ਵੇਖਦੇ ਹੋ, ਇਸ ਤੋਂ ਪਹਿਲਾਂ ਵੀ ਜਦੋਂ ਕਾਂਗਰਸ ਸਰਕਾਰ ਸੀ ਤਾਂ ਉਸ ਵਕਤ ਵੀ ਇਹੀ ਜਿਹੜਾ ਰੋਲਾ ਰੱਪਾ ਰਹਿੰਦਾ ਸੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਤੇ ਅੱਜ ਵੀ ਤੁਹਾਨੂੰ ਇਹੀ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਜੀ? ਆਮ ਆਦਮੀ ਪਾਰਟੀ ਦੀ ਸਰਕਾਰ ਆਈ ਜ਼ਰੂਰ ਆ, ਲੋਕਾਂ ਨੇ ਬਹੁਮਤ ਵੋਟਾਂ ਦੇ ਕੇ 92 ਵਿਧਾਇਕ ਦਿੱਤੇ ਆ, ਲੇਕਿਨ ਲੋਕਾਂ ਦੀ ਸਾਰਿਆਂ ਨਾਲੋਂ ਵੱਡੀ ਭੁੱਲ ਆ ਕਿਉਂਕਿ ਕਾਂਗਰਸ ਵੇਲੇ ਵੀ ਲੋਕਾਂ ਨੇ ਕੰਮ ਜ਼ਰੂਰ ਕਰਵਾਏ ਸੀਗੇ, ਚਾਹੇ ਉਹ ਲੜਕੇ ਕਰਵਾ ਰਹੇ ਸੀ, ਲੇਕਿਨ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਗੱਲਾਂ ਕਰ ਰਹੀ ਆ ਕਿ ਅਸੀਂ ਕੰਪਨੀਆਂ ਆ ਜਾਂ ਹੋਰ ਅਸੀਂ ਸਰਕਾਰ ਬਹੁਤ ਵਧੀਆ ਚਲਾ ਰਹੇ ਹਾਂ, ਆਹ ਸਰਕਾਰ ਮੁਲਾਜ਼ਮਾਂ ਦਾ ਹਾਲ ਆ। ਪਿੱਛੇ ਜੇ ਤੁਸੀਂ ਦੇਖਿਆ ਹੋਣਾ ਕਿ ਸਰਕਾਰੀ ਮੁਲਾਜ਼ਮਾਂ ਦੀਆਂ ਵੀ ਤਨਖਾਹਾਂ ਰੋਕ ਦਿੱਤੀਆਂ ਗਈਆਂ ਸੀਗੀਆਂ, ਜਦਕਿ ਇਹਨਾਂ ਕੋਲ ਖਜ਼ਾਨੇ ਪਿੱਛੇ ਜੇ ਇਹਨਾਂ ਦਾ ਪ੍ਰੈਸ ਬਿਆਨ ਵੀ ਆਇਆ ਸੀ ਭਗਵੰਤ ਮਾਨ ਜੀ ਦਾ ਕਿ ਸਾਡਾ ਖਜ਼ਾਨਾ ਦਾ ਸਾਡਾ ਭਰਿਆ ਆ, ਕਦੇ ਨਹੀਂ ਖਾਲੀ ਹੈਗਾ। ਹੁਣ ਜੇਕਰ ਭਰਿਆ ਹੈਗਾ ਤਾਂ ਪਿਛਲੇ ਸਮੇਂ ਦੇ ਵਿੱਚ ਸਰਕਾਰੀਆਂ ਨੂੰ ਵੀ ਧਰਨਾ ਪ੍ਰਦਰਸ਼ਨ ਕਰਨਾ ਪਿਆ, ਹੁਣ ਸਾਨੂੰ ਵੀ ਧਰਨਾ ਪ੍ਰਦਰਸ਼ਨ ਕਰਨ ਦੀ ਲੋੜ ਪੈ ਰਹੀ ਹੈ, ਜਦਕਿ ਆਪਾਂ ਇਸ ਦੇ ਹੱਕ 'ਚ ਨਹੀਂ ਹੈਗੇ, ਜਦਕਿ ਭਗਵੰਤ ਮਾਨ ਨੇ ਕਿਹਾ ਸੀਗਾ ਕਿ ਮੇਰੇ ਰਾਜ ਦੇ ਵਿੱਚ ਕੋਈ ਧਰਨਾ ਨਹੀਂ ਲੱਗੂਗਾ, ਆ ਥਾਂ ਥਾਂ ਧਰਨੇ ਲੱਗਦੇ ਫਿਰਦੇ ਆ। ਸੀਨੀਅਰ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਦੇ ਹੋ ਤਾਂ ਉਹਨਾਂ ਵੱਲੋਂ ਫਿਰ ਕੀ ਜਵਾਬ ਦਿੱਤਾ ਜਾਂਦਾ? ਸਾਡੀ ਉੱਚ ਅਧਿਕਾਰੀਆਂ ਨਾਲ ਪਰਸੋਂ ਗੱਲਬਾਤ ਹੋਈ ਸੀਗੀ, ਉਹਨਾਂ ਨੇ ਫੋਨ ਲਾਈਨ 'ਤੇ ਕੰਪਨੀ ਦੇ ਜਿਹੜਾ ਮੇਨ ਕੰਪਨੀ ਦਾ ਮੇਨ ਜਿਹੜਾ ਪੰਜਾਬ ਦੇਖਦਾ ਆ ਸਾਰਾ ਡਾਇਰੈਕਟਰ ਆ ਜਿਹੜਾ, ਉਹਦੇ ਨਾਲ ਗੱਲ ਹੋਈ ਸੀਗੀ, ਉਸਨੇ ਸਾਨੂੰ ਦਿੱਤਾ ਸੀਗਾ ਕਿ ਤੁਹਾਡੀ ਜਿਹੜੀ ਤਨਖਾਹ ਆ ਉਹ ਅਗਲੇ ਦਿਨ ਜਾਰੀ ਕਰ ਦਿੱਤੀ ਜਾਊਗੀ, ਲੇਕਿਨ ਤਨਖਾਹ ਨਹੀਂ ਜਾਰੀ ਕੀਤੀ ਗਈ। ਇਸ ਕਰਕੇ ਸਾਨੂੰ ਬਹੁਤ ਅਸੀਂ ਵਰਕਰਾਂ ਵਿੱਚ ਰੋਸ ਪਾਇਆ ਜਾ ਰਿਹਾ ਕਿਉਂਕਿ ਅਸੀਂ ਉਹ ਕਾਮੇ ਆ ਜਿਨ੍ਹਾਂ ਨੇ ਘਰ ਘਰ ਲੈਟ ਮਤਲਬ ਪਹੁੰਚਾਈ ਆ। ਹੁਣ ਕੀ ਤੁਸੀਂ ਅੱਜ ਪੱਕੇ ਤੌਰ 'ਤੇ ਬੈਠੋ ਕਿ ਇੱਕ ਦਿਨ ਦੀ ਹੜਤਾਲ ਆ? ਕੰਪਨੀ ਦੇ ਅੱਜ ਮੀਟਿੰਗ ਸੱਦੀ ਸੀਗੀ, ਕੰਪਨੀ ਦਾ ਜਿਹੜਾ ਡਾਇਰੈਕਟਰ ਆ ਸ਼ਰਨਜੀਤ ਉਹ ਅੱਜ ਆ ਰਿਹਾ ਆ ਕੰਪਨੀ ਦੇ ਮੀਟਿੰਗ 'ਚ, ਦੇਖਦੇ ਕੀ ਹੱਲ ਨਿਕਲਦਾ ਆ। ਜੇਕਰ ਪੱਕਾ ਬੈਠਣਾ ਪਿਆ ਅਸੀਂ ਪੱਕਾ ਵੀ ਬੈਠਾਂਗੇ ਜਦ ਤੱਕ ਤਨਖਾਹਾਂ ਜਾਰੀ ਨਹੀਂ ਹੁੰਦੀਆਂ।